ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ, ਜਿਸ ਦੇ ਵਿੱਚ 2,93,00,000 ਪਲੱਸ ਮਨੀ ਰਿਕਵਰ ਕੀਤੀ ਹੈ, ਜਿਹੜੀ ਕਿ ਹਵਾਲਾ ਮਨੀ ਹੈ, ਐਂਡ $3,100 ਬਰਾਮਦ ਕੀਤੇ ਨੇ, ਔਰ ਇੱਕ ਪੁਨੀਤ ਸੂਦ ਨਾਮ ਦਾ ਵਿਅਕਤੀ ਜਿਹੜਾ ਹੈਗਾ ਉਹਨੂੰ ਗ੍ਰਿਫਤਾਰ ਕੀਤਾ, ਉਹ ਜਿਹੜਾ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਉਹ ਹੁਣ ਤਫਤੀਸ਼ ਦਾ ਹਿੱਸਾ ਜੀ, ਕਿਹਨੂੰ ਕਿਹਨੂੰ ਡਿਲੀਵਰ ਕਰਨੀ ਸੀ, ਕਿੱਥੇ ਡਿਲੀਵਰ ਕਰਨੀ ਸੀ, ਉਹੀ ਪਤਾ ਕਰ ਰਹੇ। ਇਹ ਵੈਸਟਰਨ ਯੂਨੀਅਨ ਮਨੀ ਟ੍ਰਾਂਸਫਰ ਦਾ ਕੰਮ ਕਰਦਾ ਸੀ ਜੀ ਪਹਿਲਾਂ, ਅਤੇ ਨਾਲ ਨਾਲ ਉਹਦਾ ਆਸਟ੍ਰੇਲੀਆ, UK, US, ਕੈਨੇਡਾ, ਯੂਰਪ, ਇਹ ਜਿਹੜੀ ਸਾਰੀ ਕਰੰਸੀ ਚੇਂਜ ਕਰਦਾ ਸੀ, ਮਨੀ ਚੇਂਜਰ ਸੀਗਾ ਬੇਸਿਕਲੀ। ਔਰ ਹੁਸ਼ਿਆਰਪੁਰ, ਨਵਾਂ ਸ਼ਹਿਰ ਔਰ ਜਲੰਧਰ ਖਾਸ ਤੌਰ 'ਤੇ ਇਹਦਾ, ਦਸੂਹਾ, ਟਾਂਡਾ, ਇਸ ਏਰੀਏ ਦੇ ਵਿੱਚ ਇਹਦਾ ਓਪਰੇਸ਼ਨ ਸੀ। ਇਹ ਇੱਕ ਵਾਰੀ ਇਹਦੇ 'ਤੇ ਦਿੱਲੀ ਏਅਰਪੋਰਟ ਪਰਚਾ ਹੈਗਾ, ਉਹ ਚੈੱਕ ਕਰੇਗੀ ਕਿਸ ਚੀਜ਼ ਦਾ ਪਰਚਾ, ਕੀ ਰਿਕਵਰੀ ਹੋਈ ਸੀ ਉੱਥੇ 2018 'ਚ ਪਰਚਾ ਹੋਇਆ। ਹਾਂਜੀ, ਦਿੱਲੀ ਤੋਂ ਆ ਰਹੀ ਸੀ ਜੀ ਇਹ, ਇਹਨੇ ਇੱਥੇ ਆ ਕੇ ਕੋਈ ਬੰਦਾ ਸੀਗਾ, ਲਗਜ਼ਰੀ ਜਿਹੜੀਆਂ ਬੱਸਿਸ ਨੇ ਉਹਨਾਂ ਦੇ ਵਿੱਚ ਟਰਾਂਸਪੋਰਟ ਕਰਦੇ ਸੀਗੇ, ਕਿ ਜਿਵੇਂ ਕੋਰੀਅਰ ਟਾਈਪ ਇੱਕ ਬਾਕਸ ਬਣਾ ਕੇ ਉੱਥੋਂ ਕਿਸੇ ਨੇ ਭੇਜਿਆ, ਉਹਨੂੰ ਇੱਥੇ ਬੱਸ ਤੋਂ ਲਾ ਕੇ ਆਪਣੀ ਗੱਡੀ 'ਚ ਰੱਖਿਆ ਅਤੇ ਲੈ ਕੇ ਜਾ ਰਹੇ ਸੀ ਜੀ ਬੱਸ ਦੇ ਵਿੱਚ। ਇਹ ਹੁਣ ਸਾਡੇ ਕਾਬੂ ਆਇਆ ਜੀ, ਹੁਣ ਪੁੱਛ ਪੜਤਾਲ ਦੇ ਵਿੱਚ ਆਏਗਾ ਵੀ ਕਿੱਥੇ ਕਿੱਥੇ ਕਿੰਨੀ ਡਿਲੀਵਰ ਕਰਨੀ ਸੀ, 21 ਬੰਦੇ ਨੂੰ ਕਰਨੀ ਸੀ ਜਾਂ ਕਿਸੇ ਹੋਰ ਜ਼ਿਆਦਾ ਬੰਦਿਆਂ ਨੂੰ। ਜੀ 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 ਹਾਂਜੀ, ਕੋਈ ਬੰਦਾ ਵੀ ਨਾਲ ਸਫ਼ਰ ਕਰ ਰਿਹਾ ਸੀ, ਇਹ ਹੁਣ ਪੁੱਛ ਕਿਸ ਚਾਹੇਗਾ ਨਾ ਜੀ, ਕੋਈ ਬੰਦਾ ਨਾਲ ਆ ਰਿਹਾ ਸੀ ਪਟਿਆਲਾ, ਕਿਉਂਕਿ ਇਹਦੀ ਗੱਡੀ 'ਚੋਂ ਪਕੜੀ ਗਈ ਹੈ, ਇਹਨੇ ਉੱਥੋਂ ਰਿਸੀਵ ਕਰ ਲਈ ਸੀ, ਸਾਡੇ ਕੋਲ ਜਿਹੜੀ ਇਨਪੁਟ ਆਈ ਸੀ, ਅਸੀਂ ਨਾਕਾ ਲਗਾ ਕੇ ਖੜੇ ਸੀ ਕਿ ਉੱਥੇ ਸਾਡੇ ਕਾਬੂ ਆ ਗਿਆ। ਸਰ ਕੱਲ੍ਹ ਰਾਤ ਦਾ ਇਹਨੂੰ ਅਰੈਸਟ ਕੀਤਾ ਹੋਇਆ, ਕੱਲ੍ਹ ਰਾਤ 15 ਘੰਟੇ ਤਿੰਨ ਘੰਟੇ ਤਾਂ ਤੁਹਾਡੇ ਕੋਲ ਖੜੇ, ਬੈਕਗ੍ਰਾਉਂਡ ਕੀ ਹੈ, ਕਿੱਥੋਂ ਦਾ ਸੀਗਾ, ਕੀ ਹੈ ਉਹਦੇ ਬਾਰੇ ਪਤਾ ਲੱਗਿਆ, ਜੋ ਉਹਦਾ ਮੋਡਸ ਆਪਰੈਂਡੀ ਸੀ ਉਹ ਪਤਾ ਕਰ ਲਿਆ, ਇਹਨੂੰ ਮਿਲ ਗਈ ਹੈ, ਉਹ ਹੁਣ ਹਾਲੇ ਤਫਤੀਸ਼ ਚੱਲੇਗੀ ਜੀ, ਫਿਰ ਪਤਾ ਲੱਗੂਗਾ ਕਿੰਨੀ ਜਗ੍ਹਾ ਤੇ ਦੇਣੀ ਸੀ, ਕਿਹਨੂੰ ਕਿਹਨੂੰ ਦੇਣੀ ਸੀ, ਕਿੱਥੇ ਦੇਣੀ ਸੀ, ਅਜੇ ਅਜੇ ਨਹੀਂ ਉਹ ਤੱਕ ਨਹੀਂ ਪਹੁੰਚੇ ਨਾ ਹਾਲੇ ਸਾਡੀ ਤਫਤੀਸ਼, ਅਨੁਮਾਨ ਲੈ ਕੇ ਜਿਹੜੀਆਂ ਬੱਸਿਸ ਹੁੰਦੀਆਂ ਉਹਨਾਂ ਦਾ ਜਿੱਥੇ ਇੱਥੇ ਸਟੋਪੇਜ ਹੁੰਦਾ ਜੀ, ਕਿਸੇ ਸਟੋਪੇਜ ਤੋਂ ਉਹਨੂੰ ਰੋਕ ਕੇ ਉਹਦੇ ਕੋਲ ਕਿਹਾ ਵੀ ਮੇਰੀ ਪਰਚੀ ਆ ਰਹੀ ਹੈ ਦਿੱਲੀ ਵਾਲੀ, ਮੇਰਾ ਬਾਕਸ ਦੇ, ਇਹ ਸਾਡੇ ਕੋਲ ਤਾਂ ਦੇਖੋ ਜੀ ਬਸ਼ੀਰਪੁਰ ਟੀ ਪੁਆਇੰਟ 'ਤੇ ਅਸੀਂ ਉਹਨੂੰ ਕੈਪਚਰ ਕੀਤਾ, ਇਹਨੇ ਉਹ ਹੁਣ ਤਫਤੀਸ਼ ਦੇ ਵਿੱਚ ਉਹਨੂੰ ਪੁੱਛਾਂਗੇ ਜੀ, ਵੇਖਾਂਗੇ ਜੀ ਵੀ ਕਿਸ ਜਗ੍ਹਾ ਤੋਂ ਲਈ ਸੀ, ਅਸੀਂ ਫਿਲਹਾਲ ਕਵਰ ਕਰਕੇ ਜੋ ਜੋ ਅਸੀਂ ਇਹਦੇ ਕੋਲ ਪੁੱਛ ਸਕੇ ਉਹ ਤੁਹਾਨੂੰ ਦੱਸ ਰਹੇ। ਨਹੀਂ ਇਹ ਹਾਲੇ ਤੱਕ ਤਾਂ ਜੋ ਉਹਨੇ ਕਿਹਾ ਜੀ ਕਿ ਮਨੀ ਦੇ ਬਦਲੇ ਮਨੀ ਟ੍ਰਾਂਸਫਰ ਕਰ, ਪਰ ਹੁਣ ਅੱਗੇ ਹੋਰ ਕੀ ਹੈਗਾ, ਕਿਸ ਕਿਸ ਚੀਜ਼ ਦੇ ਵਿੱਚ ਡੀਲ ਕਰਦਾ ਉਹ ਸਾਰਾ ਪੁੱਛਾਏਗਾ, ਫਿਲਹਾਲ ਤਾਂ ਇਹੀ ਸੀ ਜੀ। ਉਹ ਹੁਣ ਆਏਗਾ ਜੀ ਸਾਰਾ ਕੁਛ ਸਾਹਮਣੇ, ਇਹ ਸਾਰੇ ਕੁਐਸਚਨਸ ਹੈ ਸਾਡੇ ਜਿਹੜੇ ਤਿਆਰ ਨੇ ਜੀ। ਸਾਡੇ ਕੋਲ ਇਹੋ ਜਿਹੀ ਕੋਈ ਇਨਪੁਟ ਨਹੀਂ ਹੈਗੀ ਆ, ਪਰ ਆਹ ਇੱਕ ਇੱਥੇ ਮੁਕੱਦਮਾ ਹੈਗਾ ਦਿੱਲੀ ਏਅਰਪੋਰਟ ਦਾ, ਉਹ ਚੈੱਕ ਕਰਾ ਰਹੇ ਆ ਵੀ ਉਹ ਕਾਹਦਾ ਮੁਕੱਦਮਾ ਸੀ। ਹਾਂਜੀ, ਨਹੀਂ ਆਪ ਤੋਂ ਕੋਈ ਕਹਿ ਦਿੰਦਾ ਜੀ ਮੇਰੇ ਤੋਂ 5,000 ਫੜਿਆ ਗਿਆ ਸੀ ਇਸ ਕਰਕੇ ਮੈਨੂੰ ਉਹਨਾਂ ਰੋਕ ਲਿਆ ਸੀ, ਹੁਣ ਅਸੀਂ ਉਹ 'ਤੇ ਬਿਲੀਵ ਤਾਂ ਨਹੀਂ ਕਰ ਸਕਦੇ, ਉਹ ਤਾਂ ਵੀ ਹੈਵ ਟੂ ਵੈਰੀਫਾਈ ਓਨਲੀ ਦੈਨ ਟੈਲ। ਕਿੰਨੇ ਸਾਲਾਂ ਤੋਂ ਇਹ 10 ਸਾਲ ਤੋਂ ਕੰਮ ਕਰਦਾ।
ਵਰਡ ਹੈ ਜਿਸ ਤਰ੍ਹਾਂ ਹਵੇ ਹਵਾਲਾ ਕਾਰੋਬਾਰੀ ਹੈ ਫਿਲਹਾਲ ਤਾਂ ਇਹ ਹਵਾਲਾ ਮਨੀ ਹੈ ਹੁਣ ਕਾਰੋਬਾਰੀ ਕਿੱਡਾ ਵੱਡਾ ਹੈ ਕਿੰਨਾ ਹੈ ਇਹ ਸਾਰਾ ਕੁਛ ਤਫਤੀਸ਼ ਹੈ ਦੇਖੋ ਹੋਰ ਬੰਦੇ ਹੋ ਸਕਦੇ ਹੈ ਇਕੱਲਾ ਬੰਦਾ ਤੇ ਕਿੰਨਾ ਕੰਮ ਕਰ ਸਕਦਾ ਉਹ ਮੇਰੇ ਕੋਲ ਇਨਪੁਟ ਨਹੀਂ ਹੈਗੀ ਉਹ ਆਰ ਸੀ ਚੈੱਕ ਕਰਾਂਗੇ ਤੇ ਫਿਰ ਹੀ ਪਤਾ ਸਭ ਦੇ ਰਹੇ ਬਾਈਟ ਜੀ ਸਰ ਬਾਈਟ ਦੇ ਰਹੇ ਲੋਟੀ ਹੈ ਦੇਖੋ ਔਨ ਪੇਪਰਸ ਹੈ ਸਰ ਨੇ ਕਿਹਾ ਸਾਰੀ ਚੀਜ਼ ਤੁਹਾਨੂੰ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਸਾਰੇ ਕੁਐਸਚਨ ਸਰ ਦੇ ਤਿਆਰ ਹੈ ਐਜ਼ ਪਰ ਕੁਐਸਚਨ ਹੈ ਅਸੀਂ ਤੁਹਾਨੂੰ ਜਵਾਬ ਦਿੰਦੇ ਸਾਡੀ ਪ੍ਰਾਇਰਟੀ ਗੱਡੀ ਦੇ ਕਾਗਜ਼ ਚੈੱਕ ਕਰਨ ਦੇ ਸੀ ਸਾਡੀ ਪ੍ਰਾਇਰਟੀ ਸੀ ਵੀ ਜੋ ਮਿਲਿਆ ਪਹਿਲਾਂ ਉਹਨੂੰ ਕਾਊਂਟ ਕਰਨਾ ਦੇਖੋ ਸਾਡੀ ਪ੍ਰਾਇਰਟੀ ਪਹਿਲਾਂ ਇਹ ਸੀ ਐਸ ਪੀ ਸਾਹਿਬ ਰਾਤ ਭਰ ਜਾਗੇ ਨੇ ਵੀ ਪਹਿਲਾਂ ਜਿਹੜੀ ਰਿਕਵਰੀ ਹੋਈ ਆ ਉਹਨੂੰ ਕਾਊਂਟ ਕਰਨਾ ਕੁਛ ਕੁਛ ਇੱਧਰ ਉੱਧਰ ਨਾ ਹੋਏ ਉਹਦੀ ਵੀਡੀਓਗ੍ਰਾਫੀ ਕਰਨੀ ਫਿਰ ਉਹਨੂੰ ਸੀਲ ਕਰਨਾ ਠੀਕ ਹੈ ਨਾ ਜੀ ਫਿਰ ਉਸ ਤੋਂ ਬਾਅਦ ਇਹ ਚੀਜ਼ਾਂ ਤਾਂ ਮਾਈਨਰ ਹੈ ਵੀ ਕਿਹਦੇ ਨਾਲ ਤੁਸੀਂ ਕਿਹਦੇ ਨਾਲ ਚੈੱਕ ਹੋ ਜਾਂਦਾ ਦੇਖੋ ਮੀਡੀਆ ਦੇ ਵਿੱਚ ਹਮ ਇਹ ਗੱਡੀ ਕਿਹੜੀ ਇਹਨਾਂ ਦੇ ਆਪਣੇ ਨਾਮ ਤੇ ਸੀ ਜਾਂ ਕਿਸੇ ਦੇ ਨਾਮ ਤੇ ਸੀ ਜਾਂ ਕਿਸੇ ਰੈਂਡ ਹਾਊਸ ਦਾ ਮੰਗ ਕੇ ਲੈ ਕੇ ਆਇਆ ਸੀ ਹਵਾਲਾ ਪੈਸਾ ਉਹ ਤੁਹਾਨੂੰ ਦੱਸ ਦੇਵਾਂਗੇ ਤੁਸੀਂ ਕੀ ਕਹਿੰਦੇ ਹੋ ਮਨੀ ਐਕਸਚੇਂਜ ਦੀ ਗੱਲ ਹੈ ਇਹ ਚੀਜ਼ ਕਰਦਾ ਸੀ ਉਹ ਲੱਗਦਾ ਸੀ ਕਿ ਤਾਂ ਤੁਹਾਨੂੰ ਸਾਲ ਤੋਂ ਕਰ ਰਿਹਾ ਸੀ ਹਾਂ ਮਨੀ ਐਕਸਚੇਂਜ ਦਾ ਯੂਨੀਅਨ ਦਾ ਕੰਮ ਕਰਦਾ ਸੀ ਉਹਦੇ ਨਾਲ ਕੀ ਕਰਦਾ ਸੀ ਹਵਾਲਾ ਤਾਂ ਮੇਰੇ ਬੈਟੀ ਬੱਟੀ ਉਹ ਨਹੀਂ ਗਈ ਹੈ ਹੁਣ ਉਹ ਦੇਖ ਲੈ ਉਹ ਵੈਸਟਰਨ ਯੂਨੀਅਨ ਆਰਬੀਆਈ ਵੱਲੋਂ ਲਾਇਸੈਂਸਿੰਗ ਹੋਏਗੀ ਤੇ ਹੋਏਗਾ ਉਹੀ ਚੀਜ਼ਾਂ ਜੀ ਕਮਿਸ਼ਨਰ ਸਾਹਿਬ ਜਲੰਧਰ ਦੀ ਰਹਿਨੁਮਾਈ ਹੇਠ ਜਲੰਧਰ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿਸ ਦੇ ਵਿੱਚ 2,93,00,000 ਪਲੱਸ ਇੰਡੀਅਨ ਕਰੰਸੀ ਔਰ 3100 US ਡਾਲਰ ਜਿਹੜੇ ਨੇ ਉਹ ਇੱਕ ਬੰਦੇ ਤੋਂ ਰਿਕਵਰ ਕੀਤੇ ਆ ਜਿਹੜਾ ਕਿ ਪੁਨੀਤ ਸੂਦ ਹੈ ਔਰ ਹੁਸ਼ਿਆਰਪੁਰ ਦਾ ਰਹਿਣ ਵਾਲਾ ਜਿਹਦੀ ਕਿ ਉਮਰ ਕਰੀਬ 50 ਸਾਲ ਦੀ ਸਰ ਕਿੱਥੋਂ ਲੈ ਕੇ ਆਇਆ ਸੀਗਾ ਇਹ ਜੀ ਦਿੱਲੀ ਤੋਂ ਪੈਸਾ ਆਇਆ ਜੀ ਲੇਕਿਨ ਇਸਨੇ ਕੋਈ ਬੱਸ ਦੇ ਵਿੱਚ ਆ ਰਿਹਾ ਸੀ ਜਿੱਥੋਂ ਇਹਨੇ ਆਪਣੇ ਰਿਸੀਵ ਕਰਕੇ ਆਪਣੀ ਗੱਡੀ 'ਚ ਰੱਖਿਆ ਸੀ ਜਿੱਥੋਂ ਜਦੋਂ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਇਨਪੁਟ ਮਿਲੀ ਸੀ ਉੱਥੇ ਐਫ ਆਈ ਆਰ ਲੌਂਚ ਕਰਕੇ ਉਹਨੂੰ ਜਦੋਂ ਰੋਕਿਆ ਚੈੱਕ ਕੀਤਾ ਇਹਦੇ ਕੋਈ ਰਿਕਵਰੀ ਹੋਈ ਸਰ ਜਿੱਦਾਂ ਤੁਸੀਂ ਦੱਸਿਆ ਬੱਸ ਦੇ ਵਿੱਚ ਆ ਰਹੀ ਸੀ ਬੱਸ ਦੇ ਵਿੱਚ ਕੋਈ ਨਾਲ ਸੀਗਾ ਕਰੰਸੀ ਦੇ ਨਾਲ ਨਹੀਂ ਹਾਲੇ ਤੱਕ ਉਹ ਕੋਈ ਗੱਲ ਕਲੀਅਰ ਨਹੀਂ ਹੋਈ ਕੋਈ ਐਫ ਆਈ ਆਰ ਲੌਂਚ ਹੋਈ ਹੋਈ ਪਹਿਲਾਂ ਇੱਥੇ ਇਹ ਤੇ ਪਹਿਲਾਂ ਇੱਕ ਐਫ ਆਈ ਆਰ ਦਿੱਲੀ ਏਅਰਪੋਰਟ ਦੀ ਲੌਂਚ ਹੋਈ ਹੈ ਜੀ ਉਹ ਥੋੜਾ ਜਿਹਾ ਪਤਾ ਲੱਗਾ ਉਹ ਹੁਣ ਵੈਰੀਫਾਈ ਕਰ ਰਿਹਾ ਵੀ ਕਿਸ ਸੈਕਸ਼ਨ ਅੰਡਰ ਹੋਈ ਹਾਂ ਸਰ ਕਿੰਨੀ ਦੇਰ ਤੋਂ ਇਹ ਕੰਮ ਕਰ ਰਿਹਾ ਇਹ 10-12 ਸਾਲ ਤੋਂ ਵੈਸਟਰਨ ਯੂਨੀਅਨ ਮਨੀ ਟ੍ਰਾਂਸਫਰ ਦਾ ਕੰਮ ਕਰਦਾ ਸੀ ਹਾਂ ਕੋਈ ਗੱਲਬਾਤ ਹੋਈ ਹੈ ਤਾਂ ਕੀ ਇਹਨੇ ਦੱਸਿਆ ਕਿ ਕਿੰਨੇ ਕੁ ਬੰਦੇ ਨਾਲ ਹੈ ਇਹਦੇ ਨਹੀਂ ਅਜੇ ਉਹ ਤਫਤੀਸ਼ ਦਾ ਹਿੱਸਾ ਤਫਤੀਸ਼ ਦੇ ਵਿੱਚ ਆਏ ਸਰ ਰਾਉਂਡ ਅਪ ਕਿੱਥੋਂ ਕੀਤਾ ਜਾਵੇ ਇਹ ਬਸ਼ੀਰਪੁਰ ਟੀ ਪੁਆਇੰਟ ਸਰ ਰਿਮਾਂਡ ਮਿਲ ਗਿਆ ਇਹਦਾ ਹਾਂਜੀ ਰਿਮਾਂਡ ਮਿਲ ਗਿਆ ਨਹੀਂ ਹਾਲੇ ਰਿਮਾਂਡ ਪੇਸ਼ ਕਰਾਂਗੇ ਜੀ ਕੋਰਟ ਫਿਰ ਰਿਮਾਂਡ ਲਵਾਂਗੇ ਸਰ ਗੱਡੀ ਜਾਂ ਪਤਾ ਲੱਗਾ ਗੱਡੀ ਜਿਹੜੀ ਗੱਡੀ 'ਚ ਫੜਿਆ ਗਿਆ ਵੱਡੀ ਕਿਸਮ ਅਜੇ ਪ੍ਰੋਪਰ ਪੁੱਛਗਿੱਛ ਨਹੀਂ ਹੋ ਪਾਈ ਜੀ ਕਿਉਂਕਿ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਜੀ ਥੋੜ੍ਹੀ ਦੇਰ ਬਾਅਦ ਜਦੋਂ ਮੈਡੀਕਲ ਕਰਾਇਆ ਤੇ ਸ਼ੂਗਰ ਕਾਫੀ ਵਧੀਆ ਆਈ ਸੀ ਤਾਂ ਉਹਨੂੰ ਐਡਮਿਟ ਕਰ ਲਿਆ ਸੀ ਡਾਕਟਰ ਨੇ ਤਾਂ ਇਸ ਕਰਕੇ ਹੁਣ ਸਵੇਰੇ ਜਦੋਂ ਉਹਨਾਂ ਨੇ ਡਿਸਚਾਰਜ ਕੀਤਾ ਉਸ ਤੋਂ ਬਾਅਦ ਜਿੰਨੀ ਪੁੱਛਗਿੱਛ ਕਰ ਸਕਿਆ ਹੁਣ ਹਾਲੇ ਤਫਤੀਸ਼ ਅੱਗੇ ਚੱਲੇਗੀ ਫਿਰ ਸਾਰੀ ਗੱਲ ਕਲੀਅਰ ਹੋਏਗੀ ਸਰ ਇੱਕ ਵਾਰੀ ਦੱਸ ਦਿਓ ਇੰਡੀਅਨ ਕਰੰਸੀ ਕਿੰਨੀ ਹੈ ਵਿਦੇਸ਼ੀ ਕਰੰਸੀ ਕਿੰਨੀ ਹੈ ਸਰ ਇੰਡੀਅਨ ਕਰੰਸੀ ਹੈਗੀ ਜੀ ਐਗਜ਼ੈਕਟਲੀ $2,93,58,100 ਤੇ ਫੋਰਨ ਕਰੰਸੀ ਹੈਗੀ ਹੈ ਜੀ $3,100 US ਡਾਲਰ ਓਕੇ ਥੈਂਕ ਯੂ ਸਰ ਠੀਕ ਹੈ